ਕੈਨੇਡਾ ਦੇ ਵਿੱਚ ਐਲ ਐਮ ਆਈ ਲੈ ਕੇ ਵਰਕ ਪਰਮਿਟ ਤੇ ਜਾਣਾ ਮੈਂ ਨਹੀਂ ਕਹੂੰਗਾ ਕਿ ਮ मतलब ਇੰਪੋਸੀਬਲ ਹੋ ਜਾਏਗਾ ਬਟ ਔਖਾ ਹੋ ਜਾਏਗਾ। ਔਰ ਉਹਦਾ ਹੀ ਨਤੀਜਾ ਹੈ ਪਿਛਲੇ 3 ਮਹੀਨਿਆਂ ਚ ਬੜੀ ਵੱਡੀ ਪੱਧਰ ਤੇ ਰਿਫਿਊਜ਼ਲ ਦੇਖਣ ਨੂੰ ਮਿਲੀ ਐਲ ਐਮ ਆਈ ਵਾਲੇ ਵਰਕ ਪਰਮਿਟਸ ਦੀ। ਜਿੱਥੇ ਰਿਜ਼ਲਟਸ 1 ਮਹੀਨੇ ਚ ਹੁੰਦੇ ਸੀ 4 ਤੋਂ 5 ਮਹੀਨੇ ਰਿਜ਼ਲਟ ਨੂੰ ਲੱਗ ਰਹੇ ਨੇ ਉਹ 4 ਤੋਂ 5 ਮਹੀਨੇ ਬਾਅਦ ਵੀ 60% ਐਪਲੀਕੇਸ਼ਨ ਰਿਫਿਊਜ਼ ਹੋ ਰਹੀਆਂ ਨੇ ਕਿਉਂਕਿ ਫੇਕ ਡਾਕੂਮੈਂਟ ਫੇਕ ਐਕਸਪੀਰੀਅੰਸ ਬਣਾ ਕੇ ਵਰਕ ਪਰਮਿਟ ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਂ ਤੇ ਦੋਰਾ ਦੇਣਾ ਚਾਹਨਾ ਹੈ ਅਗਰ ਤੁਸੀਂ ਕੈਨੇਡਾ ਚ ਕੰਮ ਕਰਨ ਜਾਣਾ ਚਾਹੁੰਦੇ ਹੋ ਤੁਹਾਡੇ ਕੋਲ ਜਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਉਸੇ ਤਰ੍ਹਾਂ ਦੀ ਕੈਟਾਗਰੀ ਚ ਐਲ ਐਮ ਆਈ ਲੈ ਕੇ ਵਰਕ ਪਰਮਿਟ ਤੇ ਜਾਇਆ ਜਾ ਸਕਦਾ ਹੈ ਸਾਰੀ ਕੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ੈਨ ਰਾਹੀ ਆਰ ਐਸ ਗਲੋਬਲ ਇਮੀਗ੍ਰੇਸ਼ਨ ਦੇ YouTube ਚੈਨਲ ਦੇ ਮਾਧਮ ਨਾਲ ਕੈਨੇਡਾ ਦੇ ਵਰਕ ਪਰਮਿਟਸ ਐਲ ਐਮ ਆਈ ਬਾਰੇ ਅਪਡੇਟ ਤੁਹਾਨੂੰ ਸਾਂਝੀ ਕਰਦੀ ਹਾਂ ਨਵੀਂ ਨਿਊਜ਼ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀ ਹੈ ਸਾਖਸ਼ਣ ਸਿੱਖਿਆ ਦਿਨਾਂ ਦਾ ਗੱਲ ਕਰਾਂਗੇ ਕੈਨੇਡਾ ਵਰਕ ਪਰਮਿਟ ਤੇ ਜਾਣ ਵਾਲੇ ਐਪਲੀਕੈਂਟਸ ਜਿਨ੍ਹਾਂ ਨੇ ਐਲਐਮਆਈ ਅਪਲਾਈ ਕੀਤੀ ਆ ਜਾਂ ਕਰਨ ਜਾ ਰਹੇ ਨੇ ਉਹਨਾਂ ਬਾਰੇ ਵੀਡੀਓ ਖਾਸ ਹੈ ਧਿਆਨ ਨਾਲ ਦੇਖਿਓ ਅੱਗੇ ਸ਼ੇਅਰ ਕਰਿਓ ਉਹਨਾਂ ਲੋਕਾਂ ਤੱਕ ਜਿਹੜੇ ਕੈਨੇਡਾ ਬੜੇ ਬੜੀ ਨੈਗੇਟਿਵਿਟੀ ਫਲਾਉਂਦੇ ਆ ਜਾਂ ਮਨ ਵਿੱਚ ਇਹ ਧਾਰ ਕੇ ਬੈਠੇ ਕਿ ਕੈਨੇਡਾ 'ਚ ਕੁਛ ਨਹੀਂ ਹੈ ਇਹ ਵੀਡੀਓ ਸੁਣ ਕੇ ਦੇਖ ਕੇ ਲੱਗ ਜਾਗਾ ਪਤਾ ਆਉਂਦੇ ਦਿਨਾਂ 'ਚ ਤੇ ਕੈਨੇਡਾ ਕਿਸ ਪੱਧਰ ਤੋਲਦਾ ਅੱਜ ਇੱਕ ਨਿਊਜ਼ ਦੇਖਣ ਨੂੰ ਮਿਲ ਰਹੀ ਹੈ ਜੀ ਆ ਆਈਆਰਸੀਸੀ ਦੀ ਵੈਬਸਾਈਟ ਤੇ Government of Canada announces approval of provincial request for temporary freeze of low wage occupation in Montreal under temporary foreign worker program LMI labor market impact assessment Montreal ne shuruaat kar ditti main agge vi ek video ch dassya si ki aunde dinan vich hun LMI te kanchi firni hai LMI ki hai labor market impact assessment jo ek employer nu Canada ch baithe nu duniya ch kiton vi jinnu foreign worker kenneya ਕੈਨੇਡਾ ਤੋਂ ਬਾਹਰਲੇ ਮੁਲਕ ਚਾਹੇ ਉਹ ਇੰਡੀਆ, ਨੇਪਾਲ, ਚਾਈਨਾ, ਬੰਗਲਾਦੇਸ਼ ਕਿਦੋਂ ਵੀ ਵਰਕਰ ਬਣਾ ਬੁਲਾਉਣ ਦੀ ਇਜਾਜ਼ਤ ਦਿੰਦੀ ਹੈ ਜਨਕਿ ਵਰਕ ਪਰਮਿਟ ਤੁਸੀਂ ਜਾਂਦੇ ਹੋ ਜਾ ਕੇ ਕੈਨੇਡੀਅਨ ਏਮਪਲੋਇਰ ਕੋਲ ਕੰਮ ਕਰਦੇ ਹੋ ਔਰ ਇਹ ਸਿਸਟਮ ਤਾਂ ਸਰਕਾਰ ਨੇ ਬਣਾਇਆ ਵੀ ਕੈਨੇਡਾ ਦੇ ਵਿੱਚ ਜਿਹੜੀ ਆਪਣੀ ਲੇਬਰ ਸ਼ੋਰਟੇ ਨੂੰ ਖਤਮ ਕਰਨ ਲਈ ਫੋਰਨ ਵਰਕਰ ਬੁਲਾ ਕੇ ਤੁਸੀਂ ਆਪਦੇ ਰੁਜ਼ਗਾਰ ਆਪਦੇ ਬਿਜ਼ਨਸ ਨੂੰ ਸੈਟ ਅਪ ਕਰੋ ਬਟ ਇਹਨੂੰ ਮਿਸਯੂਜ਼ ਕੀਤਾ ਗਿਆ ਔਰ ਹੋਇਆ ਕਿ ਕਿ ਪਹਿਲਾਂ ਆਪ ਹੀ ਲੋਕਾਂ ਨੇ ਐਲਐਮਆਈ ਬਣਾ ਕੇ ਵੇਚਣੀ ਸ਼ੁਰੂ ਕੀਤੀਆਂ ਆਪ ਹੀ ਸਿਸਟਮ ਨੂੰ ਅਬਿਊਜ਼ ਕੀਤਾ ਮੜ ਕੇ ਆਪ ਹੀ ਪੰਨਾ ਸ਼ੁਰੂ ਕਰ ਦਿੱਤਾ ਪਿੱਛੇ ਦੇ ਮੈਂ ਦੱਸਿਆ ਸੀ ਇੱਕ ਵੀਡੀਓ ਵਿੱਚ ਕਿ ਉਹਦੀ ਐਲ ਐਮ ਆਈ ਦੀ ਫੀਸ ਵਧਾਉਣ ਦੀ ਵੀ ਗੱਲਬਾਤ ਕੀਤੀ ਜਾ ਰਹੀ ਹੈ ਇੱਥੇ ਕੈਂਚੀ ਲੱਗਣ ਦੀ ਵੀ ਗੱਲ ਕੀਤੀ ਜਾ ਰਹੀ ਕਿਉਂਕਿ ਬੜੀ ਵੱਡੀ ਪੱਧਰ ਤੇ ਇਸ ਸਿਸਟਮ ਨੂੰ ਅਬਿਊਜ਼ ਕੀਤਾ ਗਿਆ ਸਭ ਨੂੰ ਪਤਾ ਹੈ ਕਿ ਐਲ ਐਮ ਆਈ ਜਿਹੜੀ 1250 ਡਾਲਰ ਕਾਸਟ ਹੈ ਉਹ 30000 ਤੋਂ ਲੈ ਕੇ ਤੇ 50000 ਡਾਲਰ ਤੱਕ ਇੰਡੀਆ ਚ ਅਲੱਗ-ਅਲੱਗ ਲੋਕਾਂ ਨੂੰ ਵਿਕਦੀ ਹੈ ਔਰ ਜੋਬ ਵੀ ਨਾਲ ਨਹੀਂ ਹੁੰਦੀਆਂ ਸਿਰਫ ਪੇਰ ਔਰ ਫੇਕ ਚੱਲਦੇ ਨੇ ਸੋ ਉੱਥੇ ਹੁਣ 56 ਕਿੱਸੇ ਜਾ ਰਿਹਾ ਅਗਰ ਤੁਸੀਂ ਕੈਨੇਡਾ ਵਰਕ ਪਰਮਿਟ ਜਾਣ ਦੀ ਪਲੈਨਿੰਗ ਕਰ ਰਹੇ ਹੋ ਆ ਵੀਡੀਓ ਧਿਆਨ ਨਾਲ ਵੇਖਿਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਕਿਉਂਕਿ ਇਸ ਚੈਨਲ ਉੱਤੇ ਕੈਨੇਡਾ ਸਬੰਧਤ ਹਰ ਤਰ੍ਹਾਂ ਦੇ ਅਪਡੇਟ ਇਨਫੋਰਮੇਸ਼ਨ ਤੁਹਾਡੇ ਤੱਕ ਸਾਂਝੇ ਕੀਤੇ ਜਾਂਦੇ ਸੋ ਮੌਨਟੀ ਨੇ ਸ਼ੁਰੂਆਤ ਕਰ ਦਿੱਤੀ ਕੀ ਕਿਹਾ ਕਿ ਜਿਹੜੇ ਲੋ ਵੇਜਸ ਜਿਹੜੀ ਐਲ ਐਮ ਆਈਜ਼ ਨੇ ਉਹਨਾਂ ਨੂੰ ਹਲੇ ਫਿਲਹਾਲ ਫੌਰਨ ਤੋਂ ਫੌਰੀ ਤੌਰ ਤੇ ਆਪਾਂ ਨੂੰ ਅਪਹੋਲਟ ਤੇ ਕਰ ਰਹੇ ਹਾਂ ਜਿਹੜੀਆਂ ਐਲ ਐਮ ਆਈਜ਼ ਅਪਲਾਈਡ ਨੇ 27 27.47 ਡਾਲਰ ਪਰ ਆਵਰ ਦੇ ਹਿਸਾਬ ਨਾਲ ਘਟੋ ਘਟ ਸੈਲਰੀ ਇੰਨੀ ਹੈ ਜਿੱਥੇ ਵੇਜ ਰੇਟ ਜਿਹੜਾ ਬੇਸਿਕ ਵੇਜ ਰੇਟ ਹੈ ਵੱਧ ਕੇ ਪਿਛਲੇ ਸਾਲ ਪਿਛਲੇ ਜੇ ਅਕਤੂਬਰ ਤੋਂ 17 ਡਾਲਰ ਕਰ ਦਿੱਤਾ ਗਿਆ ਹੁਣ ਮੌਨਟਰੀ ਵਾਲੇ ਕਹਿ ਰਹੇ ਨੇ ਕਿ ਜੇ ਤੁਹਾਡੀ ਜਿਹੜੀ ਜੌਬ ਹੈ ਉਹ 27.47 ਡਾਲਰ ਪਰ ਆਵਰ ਦੀ ਹੈ ਉਹਨਾਂ ਐਮਪਲੋਇਰ ਨੂੰ ਹੀ ਅੱਗੇ ਐਲ ਐਮ ਆਈ ਪ੍ਰੋਸੈਸ ਕਰਾਂਗੇ ਬਾਕੀਆਂ ਸਾਰੀਆਂ ਅਸੀਂ ਟੈਂਪਰੇਰੀ ਸਸਪੈਂਡ ਕਰ ਰਹੇ ਹਾਂ 3 ਸਤੰਬਰ ਤੋਂ ਸੋ ਇਹ ਸ਼ੁਰੂਆਤ ਤਾਂ ਅੱਜ ਹੋ ਗਈ ਹੁਣ ਅੱਗੇ ਕੀ ਵੇਖਿਓ ਭੰਬੜ ਕਿੱਦਾਂ ਮਚਦੇ ਹੁਣ ਇਹ ਹੌਲੀ ਹੌਲੀ ਅੱਗ ਉਨ ਟੈਰੀ ਵਾਲੇ ਪਾਸੇ ਵੀ ਜਾਣੀ ਹੈ BC ਵੈਨਕੂਵਰ ਸਰੀ ਵਾਲੇ ਪਾਸੇ ਵੀ ਜਾਣੀ ਹੈ ਤੇ ਅੱਗੇ-ਅੱਗੇ ਹੁਣ ਉਹਨਾਂ ਏਮਪਲੋਇਰਸ ਦਾ ਉਹਨਾਂ ਏਜੰਟਸ ਦਾ ਅੱਗੇ ਵਰਜਨ ਸੁਣਿਓ ਸੋਸ਼ਲ ਪਲੇਟਫਾਰਮ ਤੇ ਕੀ ਦੇਖਣ ਨੂੰ ਮਿਲਦਾ ਸੋ ਕਰੈਕਸ ਇਸ ਵੀਡੀਓ ਦਾ ਜਾਂ ਇਸ ਇਨਫੋਰਮੇਸ਼ਨ ਦਾ ਇਹ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਐਲ ਐਮ ਆਈ ਲੈ ਕੇ ਵਰਕ ਪਰਮਿਟ ਤੇ ਜਾਣਾ ਮੈਂ ਨਹੀਂ ਕਹੂੰਗਾ ਕਿ ਮ मतलब ਇੰਪੋਸੀਬਲ ਹੋ ਜਾਏਗਾ ਬਟ ਔਖਾ ਹੋ ਜਾਏਗਾ ਔਰ ਉਦਾਹੀ ਨਤੀਜਾ ਹੈ ਪਿਛਲੇ 3 ਮਹੀਨਿਆਂ ਚ ਬੜੀ ਵੱਡੀ ਪੱਧਰ ਤੇ ਰਿਫਿਊਜ਼ਲ ਦੇਖਣ ਨੂੰ ਮਿਲੀ ਐ ਐਲਐਮਆਈ ਵਾਲੇ ਵਰਕ ਪਰਮਿਟ ਦੀ ਜਿੱਥੇ ਰਿਜ਼ਲਟਸ 1 ਮਹੀਨੇ ਚ ਹੁੰਦੇ ਸੀ 4 ਤੋਂ 5 ਮਹੀਨੇ ਰਿਜ਼ਲਟ ਨੂੰ ਲੱਗ ਰਹੇ ਨੇ ਉਹ 4 ਤੋਂ 5 ਮਹੀਨੇ ਬਾਅਦ ਵੀ 60% ਐਪਲੀਕੇਸ਼ਨ ਰਿਫਿਊਜ਼ ਹੋ ਰਹੀਆਂ ਨੇ ਕਿਉਂਕਿ ਫੇਕ ਡਾਕੂਮੈਂਟ ਫੇਕ ਐਕਸਪੀਰੀਅੰਸ ਬਣਾ ਕੇ ਵਰਕ ਪਰਮਿਟ ਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੈਂ ਇਥੇ ਦੁਹਰਾ ਦੇਣਾ ਚਾਹਨਾ ਅਗਰ ਤੁਸੀਂ ਕੈਨੇਡਾ ਚ ਕੰਮ ਕਰਨ ਜਾਣਾ ਚਾਹੁੰਦੇ ਹੋ ਤੁਹਾਡੇ ਕੋਲ ਜਿਸ ਤਰ੍ਹਾਂ ਦਾ ਐਕਸਪੀਰੀਅੰਸ ਉਸੇ ਤਰ੍ਹਾਂ ਦੀ ਕੈਟਾਗਰੀ ਚ ਐਲਐਮਆਈ ਲੈ ਕੇ ਵਰਕ ਪਰਮਿਟ ਤੇ ਜਾਇਆ ਜਾ ਸਕਦਾ ਅੱਜ ਆਰਐਸ ਗੋਬਲ ਦੇ ਕੈਨੇਡਾ ਚ ਤਿੰਨ ਦਫ਼ਤਰ ਨੇ ਤਕਰੀਬਨ ਸਾਡੇ ਕੋਲ 50 ਪਲੱਸ ਪ੍ਰੀ ਅਪਰੂਵਡ ਐਲਐਮਆਈਸ ਪਈਆਂ ਨੇ ਜਿਵੇਂ ਹੌਸਪਿਟੈਲਿਟੀ ਫੀਲਡ ਵਿੱਚ ਕਿਸੇ ਕੋਲ ਕੁਕਿੰਗ ਦਾ ਐਕਸਪੀਰੀਅੰਸ ਹੈ ਕਿਸੇ ਕੋਲ ਰੈਸਟੋਰੈਂਟ ਮੈਨੇਜਰ ਦਾ ਐਕਸਪੀਰੀਅੰਸ ਹੈ ਕਿਸੇ ਕੋਲ ਟਰੱਕ ਡਰਾਈਵਰ ਦਾ ਐਕਸਪੀਰੀਅੰਸ ਹੈ ਕਿਸੇ ਕੋਲ ਬੁੱਕ ਕੀਪਰ ਦਾ ਐਕਸਪੀਰੀਅੰਸ ਹੈ ਕਿਸੇ ਕੋਲ ਟ੍ਰੇਡ ਦਾ ਡਿਪਲੋਮਾ ਕੀਤਾ ਹੈ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ ਕਾਰਪੇਂਟਰ ਦਾ ਲੰਬਰ ਦਾ ਵੈਲਡਰ ਦਾ ਇਲੈਕਟ੍ਰੀਸ਼ੀਅਨ ਦਾ ਸੋ ਅਗਰ ਤੁਹਾਡੇ ਕੋਲ ਪੜ੍ਹਾਈ ਤੇ ਤਜਰਬਾ ਸੇਮ ਫੀਲਡ ਚ ਹੈ ਉਸੇ ਫੀਲਡ ਵਿੱਚ ਉਸੇ ਖੇਤਰ ਚ ਐਲਐਮਆ ਲੈ ਕੇ ਵੀਜ਼ਾ ਅਪਲਾਈ ਕਰਦੇ ਹੋ देयर आर ਵੈਰੀ ਗੁੱਡ ਚਾਂਸਸ ਤੁਸੀਂ ਵੀਜ਼ਾ ਲੈ ਕੇ ਜਾ ਸਕੋ ਪਰ ਅਗਰ ਚੀਜ਼ਾਂ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਹੁਣ ਅੱਗੇ ਅੱਗੇ ਰਿਫਿਊਜ਼ਲ ਦਾ ਮੂੰਹ ਦੇਖਣਾ ਪੈ ਸਕਦਾ ਮੇਰੀ ਗੱਲਾਂ ਯਾਦ ਰੱਖਿਓ ਇੱਕ ਵੀਡੀਓ ਮੈਂ 3 ਦਿਨ ਪਹਿਲਾਂ ਪਾਈ ਸੀ ਮੈਂ ਰੀਅਲ ਇਫੈਕਟ ਜ਼ਮੀਨੀ ਹਕੀਕਤ ਦੱਸੀ ਸੀ ਕੈਨੇਡਾ ਦੀ ਹੈ ਕਿ ਔਰ ਉਸ ਵੀਡੀਓ ਚ ਮੈਂ ਤੁਹਾਨੂੰ ਦਰਖਾਸਤ ਕੀਤੀ ਸੀ ਰਿਕੁਐਸਟ ਕੀਤੀ ਸੀ ਕਿ ਕੋਈ ਵੀ ਸੱਜਣ ਮਿੱਤਰ ਜੋ ਮੇਰਾ ਵੀਡੀਓ ਦੇਖ ਰਿਹਾ ਜਿਹੜੇ ਲੋਕ ਕਹਿੰਦੇ ਨੇ ਨਾ ਕੈਨੇਡਾ ਤੋਂ ਲੋਕ ਵਾਪਸ ਆ ਰਹੇ ਨੇ ਕੱਲ੍ਹ ਲਈ ਮੈਨੂੰ ਬੱਚੇ ਦਾ ਨਾਮ ਤੇ ਕੰਟੈਕਟ ਨੰਬਰ ਜ਼ਰੂਰ ਮੈਂਸ਼ਨ ਕਰੋ ਕਮੈਂਟਰ ਦੇ ਵਿੱਚ ਤਾਂ ਕਿ ਮੈਂ ਉਸ ਬੱਚੇ ਨੂੰ ਫੋਨ ਕਰਕੇ ਵਾਕਿ ਇਹ ਚੀਜ਼ ਜਾਣ ਸਕਾਂ ਕਿ ਬੱਚੇ ਕਿੰਨੇ ਵਾਪਸ ਆਏ ਨੇ ਇੱਕ ਸਿੰਗਲ ਕਮੈਂਟ ਨਹੀਂ ਆਇਆ ਜਿੱਥੇ ਬੱਚੇ ਦਾ ਨਾਮ ਤੇ ਨੰਬਰ ਲਿਖਿਆ ਹੋਵੇ ਕਿ ਕੈਨੇਡਾ ਤੋਂ ਲੋਕ ਵਾਪਸ ਆਏ ਨੇ ਜਿਹੜੇ ਲੋਕ ਤੁਹਾਨੂੰ ਕਹਿੰਦੇ ਨੇ ਕੈਨੇਡਾ 'ਚ ਕੰਮ ਨਹੀਂ ਆ ਕੈਨੇਡਾ ਚੋਂਣ ਦਾ ਫਾਇਦਾ ਨਹੀਂ ਉਹ ਆਪ ਵਾਪਸ ਕਿਉਂ ਨਹੀਂ ਆਉਂਦੇ ਔਰ ਜਿਹੜੇ ਲੋਕ ਕਹਿੰਦੇ ਨੇ ਕੈਨੇਡਾ ਤੋਂ ਲੋਕ ਵਾਪਸ ਆ ਰਹੇ ਨੇ ਪੁੱਛੋ ਤੁਸੀਂ ਕਿੰਨੇ ਲੋਕ ਕੈਨੇਡਾ ਤੋਂ ਵਾਪਸ ਆਏ ਨੇ ਮੈਂ ਤਾਂ ਇੱਕ ਵੀ ਨਹੀਂ ਦੇਖਿਆ ਸੱਚਾਈ ਕੁਝ ਹੋਰ ਆ ਦੋਸਤੋ ਸੋਸ਼ਲ ਮੀਡੀਆ ਸਿਰਫ 네ਗੇਟਿਵਿਟੀ ਪ੍ਰੋਸੀ ਜਾਂਦੀ ਔਰ ਤੁਸੀਂ ਵੀ ਉਹੀ ਜੀ ਵੀਡੀਓਜ਼ ਸਕਰੋਲ ਕਰਕੇ ਦੇਖਦੇ ਹੋ ਜਿੱਦਾਂ ਦਾ ਤੁਸੀਂ ਇੰਟਰਸਟ ਦਿਖਾਉਂਦੇ ਹੋ ਸੋਸ਼ਲ ਮੀਡੀਆ ਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਏਆਈ ਹੈ ਉਹ ਤੁਹਾਨੂੰ ਉਦਾਂ ਦਾ ਕੰਟੈਂਟ ਦਿਖਾਉਂਦੀ ਹੈ ਸੋ ਕੈਨੇਡਾ ਅੱਜ ਵੀ ਉਹ ਮੁਲਕ ਹੈ ਜਿਹੜਾ ਲੋਕਾਂ ਨੂੰ ਆ ਸ਼ੈਲਟਰ ਦਿੰਦਾ ਛੱਤ ਦਿੰਦਾ ਇੱਕ ਬੈਟਰ ਫਿਊਚਰ ਦਿੰਦਾ ਇੱਕ ਬੈਟਰ ਭੁੱਖ ਦਿੰਦਾ ਇੱਥੇ ਜਿਹੜਾ ਬੰਦਾ 10-15000 ਕਮਾਉਣ ਦੇ ਕਾਬਿਲ ਨਹੀਂ ਹੁੰਦਾ ਉਹ ਵੀ ਜਾ ਕੇ ਉੱਥੇ ਲੱਖਾਂ ਰੁਪਏ ਮਹੀਨੇ ਦੇ ਕਮਾਉਣ ਦਾ ਉਹਨੂੰ ਇੱਕ ਹੌਸਲਾ ਦਿੰਦਾ ਇੱਕ ਜ਼ਿੰਦਗੀ ਦੀ ਸ਼ੁਰੂਆਤ ਦਿੰਦਾ ਸਟੱਡੀ ਵੀਜ਼ਾ ਪਰੜਨ ਜਾਣਾ ਚਾਹੁੰਦੇ ਹੋ ਜਾਂ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹੋ ਜਾਂ ਪੱਕੇ ਤੌਰ ਤੇ ਪੀਆਰ ਤੇ ਜਾਣਾ ਚਾਹੁੰਦੇ ਹੋ ਅਬ ਦੇ ਕੇਸ ਦੀ ਅਸੈਸਮੈਂਟ ਜ਼ਰੂਰ ਕਰਾਓ ਅੱਜ ਜੰਦਰ ਦਫ਼ਤਰ ਬੈਠਾ ਬੱਚਾ ਮੇਰੇ ਕੋਲ ਆਇਆ ਕਹਿੰਦਾ ਜੀ ਕੈਨੇਡਾ ਨਹੀਂ ਜਾਣਾ ਮੈਂ ਕਿਹਾ ਕਾਰਨ ਕੀ ਕਹਿੰਦੇ ਜੀ ਕੈਨੇਡਾ ਦਾ ਖਰਚਾ ਹੋਣਾ ਮੈਂ ਕਾਗਜ਼ ਫੜ ਪੇਪਰ ਚੱਕ ਪੈਨ ਲਿਖ ਕੇ ਦਿਖਾ 25 ਤਿਲਕ ਕਿਦਾਂ ਕਹਿੰਦਾ ਸਰ 15 ਸਿੱਧਾ 15 ਲੱਖ ਰੁਪਏ ਦਾ ਜੀਏਸੀ ਦਾ ਹੋ ਗਿਆ ਮੈਂ ਕਿਹਾ ਕਰ ਕੈਲਕੂਲੇਟ ਕਿਵੇਂ 15 ਲੱਖ ਕਿਦਾਂ ਬਣਦਾ ਕਹਿੰਦਾ 20635 ਨੂੰ 62 ਫਿਰ 13 8 ਨਾਲ ਗੁਣਾ ਕਰ ਲਓ ਮੈਂ ਕਿਹਾ ਕਰ ਲਓ ਤਾਂ ਵੀ 13 ਲੱਖ ਬਣਦਾ ਮੈਂ ਕਿਹਾ ਮੰਨ ਲਿਆ 13 ਲੱਖ ਰੁਪਏ ਕਿਸੇ ਪਬਲਿਕ ਕਾਲਜ ਦੀ ਫੀਸ ਤਕਰੀਬਨ 17 18 ਜਾਂ ਡਾਲਰ 10 ਕ ਲੱਖ ਹੋ ਬਣ ਗਈ 23 ਲੱਖ ਰੁਪਈਆ ਪਰ ਮੈਂ ਕਿਹਾ ਜਿਹੜੀ ਤੁਸੀਂ ਫੀਸ ਭਰਨੀ ਸੀ ਉਹ ਤਾਂ ਤੁਸੀਂ ਪਹਿਲਾਂ ਵੀ ਭਰ ਦਿੱਤੀ ਸੀ ਅੱਜ ਵੀ ਭਰਨੀ ਹੈ ਵਧਿਆ ਕੀ ਖਰਚਾ ਕਹਿੰਦਾ ਜੀਏਸੀ ਖਰਚਾ ਵਧ ਉਹ ਮੈਂ ਕਿਹ ਜਿਹੜਾ 20635 ਡਾਲਰ ਲੈ ਕੇ ਚੱਲੇਓ ਇਸ ਜੇਬ ਚੋਂ ਕੱਢ ਕੇ ਇਸ ਜੇਬ ਚ ਪਾ ਦੇਣਾ 20635 ਲੈ ਕੇ ਚੱਲੇਓ 8635 ਡਾਲਰ ਤੁਹਾਨੂੰ ICICI ਬੈਂਕ ਪਹਿਲੇ ਦਿਨ ਜੀ ਪਹਿਲੇ ਮਹੀਨੇ ਤੁਹਾਨੂੰ ਵਾਪਸ ਕਰ ਦਿੰਦਾ ਬਾਕੀ ਜਿਹੜਾ 12 ਡਾਲਰ ਰਹਿ ਗਿਆ ਉਹਦੀਆਂ ਤੁਹਾਡੀ 100000 ਡਾਲਰ ਦੀਆਂ 12 ਕਿਸ਼ਤਾਂ ਬਣ ਗਈਆਂ ਸੋ ਜਿਹੜਾ 8635 ਡਾਲਰ ਹੈ 5.5 ਲੱਖ ਰੁਪਈਆ ਉਹ ਤੁਹਾਨੂੰ ਜਾਂਦੇ ਵਾਪਸ ਮਿਲ ਗਿਆ ਤੁਹਾਨੂੰ ਫਿਰ ਖਰਚਾ ਤੁਹਾਡਾ 25 ਲੱਖ ਕਿੱਥੋਂ ਆਇਆ ਖਰਚਾ ਤਾਂ ਫਿਰ 18 ਵੀ ਲੱਖ ਹੋਇਆ ਅੱਛਾ ਜੇ ਤੁਸੀਂ ਮੌਨਟਰੀਅਲ ਪੜ੍ਹਦੇ ਹੋ ਤੁਹਾਡਾ ਜੀਏਸੀ ਵੈਸੇ 15000 ਡਾਲਰ ਆ 15000 ਡਾਲਰ ਜੀਏਸੀ ਹੈ 8 ਤੋਂ 10000 ਡਾਲਰ ਕਿਸੇ ਚੰਗੇ ਕਾਲਜ ਦੀ ਫੀਸ ਆ 25000 ਡਾਲਰ ਗੁਣਾ ਕਰ ਲੋ ਟੋਟਲ ਖਰਚਾ ਤੁਹਾਡਾ 14 ਤੋਂ 15 ਲੱਖ ਵੀ ਨਹੀਂ ਬਣਦਾ ਤੁਸੀਂ ਮੌਨਟਰੀਅਲ ਪੜ੍ਹਦੇ ਹੋ ਉਹ ਤੁਹਾਡੀ ਫੀਸਾਂ ਘਟਾ ਤੁਹਾਡਾ ਜੀਏਸੀ ਘਟਾ ਤੁਹਾਡੀ ਪੀਆਰ ਸੌਖੀ ਹੈ ਤੁਹਾਨੂੰ ਫ੍ਰੈਂਚ ਸਰਕਾਰ ਫ੍ਰੀ ਪੜਾਉਂਦੀ ਆ ਤੁਹਾਡੀ ਲਿਵਿੰਗ ਕਾਸਟ ਘਟਾ ਤੁਹਾਨੂੰ ਜੌਬ ਦੀ ਕੋਈ ਸਮੱਸਿਆ ਨਹੀਂ ਫਿਰ ਕੈਨੇਡਾ ਜਾਣਾ ਜਾਂ ਨਹੀਂ ਜਾਣਾ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ ਪਰ ਕਨਾਲੀ ਡੈਗੈਟਿਵਿਟੀ ਗਲਤ ਫੈਕਟ ਫਿ ਅੱਜ ਵੀ ਕੋਈ ਪਰੰਪਲੇਖਾ ਕੈਨਡੋਲ ਲੈ ਕੇ ਅਗਰ ਤੁਹਾਡੀ ਇੰਟੈਂਸ਼ਨ ਹੈ ਕਿ ਚੰਗੇ ਫਿਊਚਰ ਦੀ ਹੈ ਰਾਈਟ ਕੋਰਸ ਰਾਈਟ ਯੂਨੀਵਰਸਿਟੀ ਰਾਈਟ ਲੋਕੇਸ਼ਨ ਦੀ ਅਗਰ ਸੈLECTION ਕਰਨਾ ਚਾਹੁੰਦੇ ਹੋ ਕਾਉਂਸਲਿੰਗ ਚਾਹੁੰਦੇ ਹੋ ਤਾਂ ਆਰਐਸ ਗਰੁੱਪ ਦੀ ਨੀਡਲੀ ਬ੍ਰਾਂਚ ਆ ਕੇ ਮਿਲਿਓ ਜ਼ਰੂਰ ਤੁਹਾਡੇ ਕੋਈ ਸਵਾਲ ਨੇ 네ਗੇਟਿਵ ਕਮੈਂਟ ਨੇ ਪੋਜ਼ਿਟਿਵ ਕਮੈਂਟ ਨੇ ਸਿਰ ਮੱਥੇ ਕਰਿਓ ਜ਼ਰੂਰ ਤੁਸੀਂ 네ਗੇਟਿਵ ਕਮੈਂਟ ਵੀ ਕਰੋਗੇ ਤਾਂ ਕਿ ਮੈਨੂੰ ਪਤਾ ਲੱਗੇਗਾ ਕਿ ਮੈਂ ਕੀ ਬੋਲ ਰਿਹਾ ਔਰ ਮੈਂ ਅਗਲੀ ਵੀਡੀਓ ਚ ਆਪਣੇ ਆਪ ਨੂੰ ਹੋਰ ਚੰਗਾ ਇੰਪਰੂਵ ਕਰਨ ਦੀ ਕੋਸ਼ਿਸ਼ ਕਰੂੰਗਾ ਸੁਝਾਅ ਜੁਰ ਦਿਓ ਆਪਣੀ ਵੀਡੀਓ ਦੇ ਵਿੱਚ ਇੱਕ ਨਵੇਂ ਟੌਪਿਕ ਤੇ ਫਿਰ ਹਾਜ਼ਰ ਹੋਣੇ ਤਦ ਤੱਕ ਜਿੰਦੇ ਵਾਸਤੇ ਰੱਬ ਰੱਖਾ ਸਤਿ ਸ਼੍ਰੀ ਅਕਾਲ